ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆਂ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਅੱਗੇ ਅੱਗੇ ਮੁਲਜ਼ਮ ਤੇ ਪਿੱਛੇ ਪਿੱਛੇ ਪੁਲਿਸ ਮੁਲਾਜ਼ਮ। ਪੁਲਿਸ ਮੁਲਾਜ਼ਮ ਨੇ ਵੀ ਪੂਰੀ ਬਹਾਦਰੀ ਦਿਖਾਈ। ਆਰੋਪੀ ਗੋਲੀਆਂ ਵੀ ਚਲਾਉਂਦੇ ਰਹੇ ਪਰ ਫਿਰ ਵੀ ਪੁਲਿਸ ਮੁਲਾਜ਼ਮਾਂ ਨੇ ਹਿੰਮਤ ਨਹੀਂ ਹਾਰੀ। ਇਹ ਤਸਵੀਰਾਂ ਨੇ ਕਪੂਰਥਲਾ ਦੀਆਂ। ਕਪੂਰਥਲਾ ਦੇ ਸਿਵਲ ਹਸਪਤਾਲ ਦੇ ਵਿੱਚ ਕੁਝ ਗੈਂਗਸਟਰਾਂ ਨੇ ਆਪਣੇ ਸਾਥੀ ਗੁਰਬੇਜ ਨੂੰ ਛੁਡਾਉਣ ਵਾਸਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕੁਝ ਇਸ ਤਰੀਕੇ ਦੇ ਨਾਲ ਹਮਲਾਵਰ ਫਰਾਰ ਹੋ ਗਏ। ਗੋਲੀਆਂ ਚੱਲੀਆਂ ਪਰ ਫਿਰ ਵੀ ਪੁਲਿਸ ਮੁਲਾਜ਼ਮ ਨਹੀਂ ਡਰੇ। ਤਿੰਨ ਪੁਲਿਸ ਮੁਲਾਜ਼ਮ ਤਿੰਨ ਕੈਦੀਆਂ ਨੂੰ ਹਸਪਤਾਲ ਲੈ ਕੇ ਆਏ ਸੀ। ਤਿੰਨਾਂ ਨੇ ਪਿੱਛਾ ਸ਼ੁਰੂ ਕਰ ਦਿੱਤਾ। ਆਖਰਕਾਰ ਪੁਲਿਸ ਮੁਲਾਜ਼ਮਾਂ ਦੀ ਮਿਹਨਤ ਰੰਗ ਲੈ ਕੇ ਆਈ। ਦੋ ਆਰੋਪੀ ਹੱਥੇ ਚੜ ਗਏ। ਹਾਲਾਂਕਿ ਉਹ ਜਿਸ ਨੂੰ ਭਜਾਉਣ ਆਏ ਸੀ ਉਹ ਆਪਣੇ ਸਾਥੀਆਂ ਸਮੇਤ ਭੱਜਣ 'ਚ ਕਾਮਯਾਬ ਹੋ ਗਿਆ ਪਰ ਫਿਰ ਵੀ ਦੋ ਆਰੋਪੀਆਂ ਨੂੰ ਪੁਲਿਸ ਦੀ ਬਹਾਦਰੀ ਦੇ ਨਾਲ ਫੜ ਲਿਆ ਗਿਆ। ਸਭ ਤੋਂ ਅਹਿਮ ਗੱਲ ਇਹ ਰਹੀ, ਜਿੱਥੇ ਪੁਲਿਸ ਮੁਲਾਜ਼ਮਾਂ ਨੇ ਬਹਾਦਰੀ ਦਿਖਾਈ ਉੱਥੇ ਆਮ ਲੋਕਾਂ ਨੇ ਵੀ ਪੂਰਾ ਸਹਿਯੋਗ ਕੀਤਾ, ਕਿਉਂਕਿ ਪੁਲਿਸ ਦੀ ਸਖ਼ਤੀ ਦੇ ਚਲਦਿਆਂ ਦੋ ਹਮਲਾਵਰ ਲੋਕਾਂ ਦੇ ਘਰਾਂ 'ਚ ਵੜ ਗਏ ਸੀ। ਆਖਰਕਾਰ ਲੋਕਾਂ ਨੇ ਮਦਦ ਕੀਤੀ ਅਤੇ ਦੋਨਾਂ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਤੁਸੀਂ ਆਪ ਹੀ ਵੇਖੋ ਕਿਸ ਤਰੀਕੇ ਦੇ ਨਾਲ ਹੋਈ ਹੈ ਵਾਰਦਾਤ ਅਤੇ ਇਸ ਤੋਂ ਬਾਅਦ ਆਰੋਪੀਆਂ ਦੀ ਗ੍ਰਿਫਤਾਰੀ ਵੀ ਹੋ ਗਈ। ਤੁਸੀਂ ਆਪ ਹੀ ਸੁਣੋ ਕੀ ਕਹਿ ਰਹੇ ਨੇ ਕਪੂਰਥਲਾ ਦੇ SSP ਸਤਿੰਦਰ ਸਿੰਘ। ਅੱਜ ਸਿਵਲ ਹੋਸਪਿਟਲ ਵਿਖੇ ਮਾਡਲ ਜੇਲ੍ਹ ਤੋਂ ਉਹਨਾਂ ਦੀ ਗਾਰਡ ਤਿੰਨ ਮੁਲਾਜ਼ਮ ਤਿੰਨ ਮੁਲਜ਼ਮਾਂ ਨੂੰ ਜਿਹੜੇ ਉੱਥੇ ਹਵਾਲਾਤੀ ਸੀ ਉਹਨਾਂ ਨੂੰ ਮੈਡੀਕਲ ਚੈੱਕਅਪ ਲਈ ਲੈ ਕੇ ਆਏ ਸੀਗੇ। ਜਦੋਂ ਉਹਨਾਂ ਦਾ ਮੈਡੀਕਲ ਚੈੱਕਅਪ ਕਰਾ ਰਹੇ ਸੀ ਉਹਨਾਂ 'ਚੋਂ ਇੱਕ ਹਵਾਲਾਤੀ ਹਰਭੇਜ ਸਿੰਘ ਭੇਜਿਆ, ਇਹਨੂੰ ਪੁਲਿਸ ਹਿਰਾਸਤ 'ਚੋਂ ਛੁਡਾਉਣ ਲਈ ਅਚਾਨਕ ਚਾਰ ਵਿਅਕਤੀ ਅੰਦਰ ਆਏ ਔਰ ਉਹਨਾਂ ਨੇ ਹਵਾ 'ਚ ਫਾਇਰ ਕੀਤੇ। ਫਾਇਰ ਕਰਕੇ ਇਹਨੂੰ ਛੁਡਾ ਕੇ ਉਹ ਲੈ ਗਏ। ਜਦੋਂ ਬਾਹਰ ਉਹ ਭੱਜ ਰਹੇ ਸੀ ਤਾਂ ਉਸ ਗਾਰ 'ਚੋਂ ਹੀ ਸਾਡੇ ਮੁਲਾਜ਼ਮਾਂ ਨੇ ਬਹਾਦਰੀ ਨਾਲ ਉਹਦਾ ਪਿੱਛਾ ਕੀਤਾ ਔਰ ਇੱਕ ਮੋਟਰਸਾਈਕਲ 'ਤੇ ਜਿਹੜੇ ਜਾ ਰਹੇ ਸਨ ਉਹਨਾਂ ਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ। ਇੰਨੀ ਦੇਰ 'ਚ ਹੀ ਸਾਡੇ ਸਿਟੀ ਤੋਂ ਵੀ ਸਾਡੇ ਪੁਲਿਸ ਮੁਲਾਜ਼ਮ ਉੱਥੇ ਪਹੁੰਚ ਗਏ ਔਰ ਇਹਨਾਂ ਨੇ ਰਲ ਕੇ ਉਹ ਜਿਹੜੇ ਦੋ ਮੁਲਜ਼ਮ ਭੱਜ ਰਹੇ ਸੀ ਡਿੱਗੇ ਉਹਨਾਂ ਦਾ ਪਿੱਛਾ ਕੀਤਾ। ਪਿੱਛਾ ਕਰਕੇ ਦੋਨੋਂ ਜਿਹੜੇ ਮੁਲਜ਼ਮ ਸੀਗੇ ਇਹ ਗਲੀਆਂ 'ਚ ਚਲੇ ਗਏ। ਅੱਗਿਓਂ ਫਿਰ ਪਬਲਿਕ ਨੇ ਸਾਨੂੰ ਸਹਿਯੋਗ ਕੀਤਾ, ਜਿੰਨਾ ਘਰਾਂ 'ਚ ਵੜੇ ਸੀ ਉਹ ਪਬਲਿਕ ਨੇ ਸਾਨੂੰ ਦੱਸਿਆ ਔਰ ਪਬਲਿਕ ਨੇ ਸਾਡੀ ਮਦਦ ਕੀਤੀ ਨਾਲ ਫਿਰ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਗਿਆ। ਜਦੋਂ ਪੁਲਿਸ ਮੁਲਾਜ਼ਮ ਇਹਨਾਂ ਦਾ ਪਿੱਛਾ ਕਰ ਰਹੇ ਸੀ ਤਾਂ ਇਹਨਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਫਾਇਰ ਵੀ ਕੀਤੇ ਪਰ ਆਪਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪੁਲਿਸ ਮੁਲਾਜ਼ਮਾਂ ਨੇ ਇਹਨਾਂ ਦਾ ਪਿੱਛਾ ਨਹੀਂ ਛੱਡਿਆ ਅਤੇ ਅੱਗੇ ਜਾ ਕੇ ਇਹਨਾਂ ਨੂੰ ਫੜ ਲਿਆ। ਇਹਨੂੰ ਹਰਭੇਜ ਸਿੰਘ ਭੇਜਿਆ ਨੂੰ ਛੁਡਾਉਣ ਲਈ ਟੋਟਲ 5 ਮੁਲਜ਼ਮ ਆਏ ਸੀਗੇ। ਪੰਜਾਂ 'ਚੋਂ 2 ਮੁਲਜ਼ਮ ਅਰੈਸਟ ਹੋ ਗਏ ਆ ਅਤੇ ਬਾਕੀਆਂ ਨੂੰ ਵੀ ਅਸੀਂ ਹੁਣ ਕਿਉਂਕਿ ਸਾਰੇ ਟਰੇਸ ਹੋ ਗਏ ਆ, ਸਾਰੇ ਕੌਣ ਕੌਣ ਇਹਨਾਂ 'ਚ ਮੁਲਜ਼ਮ ਸੀ, ਕੌਣ ਕੌਣ ਇਨਵੋਲਵ ਸੀ, ਸਾਰੀ ਇਹਨਾਂ ਦੀ ਕੰਸਪਰੇਸੀ ਦਾ, ਸਾਰੀ ਇਹਨਾਂ ਦੀ ਥਿਊਰੀ ਦਾ ਪਤਾ ਲੱਗ ਚੁੱਕਾ ਆ ਔਰ ਬਾਕੀ ਸਾਰਿਆਂ ਨੂੰ ਵੀ ਅਸੀਂ ਛੇਤੀ ਫੜ ਲਾਂਗੇ, ਗ੍ਰਿਫਤਾਰ ਕਰ ਲਾਂਗੇ। ਬਰਾਮਦਗੀ ਇਹਨਾਂ 'ਚ ਇੱਕ 32 ਬੋਰ ਦਾ ਰਿਵਾਲਵਰ ਆ, ਨਾਲ ਗੋਲੀਆਂ ਆ, ਖੋਲ ਆ 4, ਟੋਟਲ 7-8 ਫਾਇਰ ਇਸ ਮੁਲਜ਼ਮਾਂ ਵੱਲੋਂ ਕੀਤੇ ਗਏ ਆ ਔਰ ਇਹਨਾਂ ਤੋਂ ਮੋਬਾਈਲ ਫੋਨ ਵੀ ਰਿਕਵਰ ਹੋਇਆ, ਇੱਕ ਸਪਲੈਂਡਰ ਮੋਟਰਸਾਈਕਲ ਵੀ ਰਿਕਵਰ ਹੋਇਆ। ਉਹ ਅਸੀਂ ਅੰਮ੍ਰਿਤਸਰ ਉੱਥੇ ਉਹਦੀ ਇਨਫੋਰਮੇਸ਼ਨ ਸਾਰੀ ਕਲੈਕਟ ਕਰ ਰਹੇ ਹਾਂ ਵੀ ਕੀ ਇਹ ਚੋਰੀ ਦਾ ਆ ਜਾਂ ਖੋਇਆ ਹੋਇਆ, ਕਿਸ ਤਰੀਕੇ ਦਾ ਇਹ ਹੈ। ਕ੍ਰਿਮੀਨਲ ਪ੍ਰੋਫਾਈਲ ਜਿਹੜੇ ਦੋ ਮੁਲਜ਼ਮ ਅਸੀਂ ਅਰੈਸਟ ਕੀਤੇ ਆ, ਇਹਨਾਂ 'ਚੋਂ ਇੱਕ ਮੁਲਜ਼ਮ ਦਾ ਨਾਂ ਸਰਵਨ ਸਿੰਘ ਹੈ, ਇਹ ਜਿਹੜਾ ਦੋਸ਼ੀ ਇਹਨੂੰ ਭਜਾਉਣ ਜਿਹੜਾ ਦੋਸ਼ੀ ਭੱਜਿਆ ਆ ਇਹਦਾ ਇਹ ਸਕਾ
ਬ੍ਰਦਰ ਇਨ ਲਾਅ ਇਹਦੀ ਵਾਈਫ ਦਾ ਭਰਾ ਆ ਔਰ ਇਹਨੂੰ ਇੱਥੇ 302 ਦਾ ਮੁਕੱਦਮਾ ਦਰਜ ਆ PO ਹੈ 302 ਦੇ ਵਿੱਚ ਔਰ ਦੂਸਰੇ ਦੇ ਖਿਲਾਫ ਵੀ ਲੜਾਈ ਝਗੜੇ ਦਾ ਪਰਚਾ ਦਰਜ ਹੈ ਜੀ। ਹਰਪ੍ਰੀਤ ਸਿੰਘ ਦੇ ਖਿਲਾਫ ਤਕਰੀਬਨ 16-17 ਮੁਕੱਦਮੇ ਦਰਜ ਆ ਔਰ ਇੱਕ ਕਤਲ ਦਾ ਮੁਕੱਦਮਾ ਆ, ਬਾਕੀ ਲੜਾਈ ਝਗੜੇ ਦੇ ਮੁਕੱਦਮੇ ਆ ਔਰ ਲੁੱਟਾਂ ਖਵਾਉਣ ਦੇ ਵੀ ਮੁਕੱਦਮੇ ਦੇ ਖਿਲਾਫ ਹੈ ਜੀ। ਹਾਂਜੀ, ਅਸੀਂ ਇਹਦੇ 'ਚ ਇੱਕ ਪੁਲਿਸ ਮੁਲਾਜ਼ਮ ਦਾ ਲੜਕਾ ਵੀ ਹੈ ਜਿਹੜਾ ਇੱਥੇ ਦੋਸ਼ੀ ਇਹਨਾਂ ਨੂੰ ਛਡਾਉਣ ਆਇਆ ਸੀਗਾ, ਉਹ ਵੀ ਉਹਦੇ ਵਿੱਚ ਹੈ। ਇਸ ਘਟਨਾ 'ਚ ਕੁਝ ਸਵਾਲੀਆ ਨਿਸ਼ਾਨ ਨੇ, ਜਿਸ ਤਰ੍ਹਾਂ ਪੇਸ਼ੇ ਕੋਈ ਕ੍ਰਿਮੀਨਲ ਸੀ, ਗਾਰਡ ਘੱਟ ਲੱਗੀ ਉੱਥੇ ਪਹੁੰਚਣਾ, ਕਨੈਕਟੀਵਿਟੀ ਮੋਬਾਈਲ 'ਤੇ। ਅਸੀਂ ਉਸ ਸੰਬੰਧੀ ਮੇਰੀ ਸੁਪਰਡੈਂਟ ਜੇਲ ਉਹਨਾਂ ਨੂੰ ਗੱਲ ਹੋ ਗਈ, ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਔਰ ਅਸੀਂ ਲਿਖ ਕੇ ਵੀ ਭੇਜ ਰਹੇ ਹਾਂ ਵੀ ਇਹਦੀ ਪ੍ਰੋਪਰ ਤਹਿਕੀਕਾਤ ਕੀਤੀ ਜਾਵੇ ਵੀ ਕੀ ਇਹ ਜਾਣ ਬੁੱਝ ਕੇ ਉੱਥੋਂ ਕਿਸੇ ਵੱਲੋਂ ਇਹ ਹੋਇਆ ਕਿ 3 ਮੁਲਜ਼ਮ ਔਰ 3 ਗਾਰਡ ਵਾਲੇ ਆ ਰਹੇ ਆ, ਕਿ ਇਹਦਾ ਸਾਰੀ ਅਸੀਂ ਪ੍ਰੋਪਰ ਤਹਿਕੀਕਾਤ ਕਰਾਂਗੇ ਔਰ ਜੇ ਕੋਈ ਇਹਦੇ 'ਚ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ਼ ਵੀ ਅਸੀਂ ਪ੍ਰੋਪਰ ਐਕਸ਼ਨ ਲਵਾਂਗੇ। ਆਖਰੀ ਸਵਾਲ ਜੀ, ਇਹਦੇ ਵਿੱਚ ਇਸ ਇੰਸੀਡੈਂਟ ਵਿੱਚ ਸੋਸਾਇਟੀ ਔਰ ਡਿਪਾਰਟਮੈਂਟ ਦੇ ਕੁਝ ਅਧਿਕਾਰੀਆਂ ਨੇ ਬਹੁਤ ਅੱਛਾ ਰੋਲ ਅਦਾ ਕੀਤਾ। ਹਾਂਜੀ, ਮੇਰੇ ਸਾਡੇ ਪੁਲਿਸ ਡਿਪਾਰਟਮੈਂਟ ਦੇ ਜਵਾਨਾਂ ਨੇ ਇਹਦੇ 'ਚ ਬਹੁਤ ਹੀ ਜ਼ਿਆਦਾ ਬਹਾਦਰੀ ਨਾਲ, ਸਾਨੂੰ ਮਾਣ ਆ ਪੰਜਾਬ ਪੁਲਿਸ 'ਤੇ ਔਰ ਮੈਂ ਮਾਨਯੋਗ DGP ਸਾਹਿਬ ਨੂੰ ਵੀ ਰਿਕੁਐਸਟ ਕੀਤੀ ਔਰ ਉਹਨਾਂ ਨੇ ਵੀ ਬੜੀ ਖੁਸ਼ੀ ਨਾਲ ਅਸੈਪਟ ਕੀਤਾ ਵੀ ਇਹਨਾਂ ਨੂੰ ਅਸੀਂ ਜੋ ਇਹਨਾਂ ਦਾ ਬਣਦਾ ਇਨਾਮ ਦੇਵਾਂਗੇ ਔਰ ਜਿਹੜੇ ਸਾਡੇ ਪਬਲਿਕ ਦੇ ਸਾਥੀ ਔਰ ਮੈਂ ਤੁਹਾਡੇ ਰਾਹੀਂ ਉਹਨਾਂ ਤੱਕ ਇਹ ਉਹਨਾਂ ਦਾ ਥੈਂਕਸ ਕਰਦਾ ਹਾਂ ਔਰ ਮੈਂ ਇਹੀ ਚਾਹੂੰਗਾ ਵੀ ਅੱਗੇ ਤੋਂ ਵੀ ਪਬਲਿਕ ਸਾਨੂੰ ਸਹਿਯੋਗ ਦੇਵੇ ਤਾਂ ਕਿ ਅਸੀਂ ਸ਼ਰਾਰਤੀ ਅਨਸਰਾਂ 'ਤੇ ਕਾਬੂ ਪਾ ਸਕੀਏ ਔਰ ਅਸੀਂ ਉਹਨਾਂ ਨੂੰ ਵੀ ਉਹਨਾਂ ਦਾ ਬਣਦਾ ਸਨਮਾਨ ਜ਼ਰੂਰ ਕਰਾਂਗੇ।